ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਖਬਰ ਸਾਰ ਲੈ ਕੇ ਹਾਜ਼ਰ ਹਾਂ ਦੋਸਤੋ ਨਵਜੋਤ ਸਿੰਘ ਸਿੱਧੂ ਦੇ ਬਾਬਤ ਲਗਾਤਾਰ ਕਈ ਤਰ੍ਹਾਂ ਦੀਆਂ ਕਿਆਸ ਅਰੰਗਾ ਚੱਲ ਰਹੀਆਂ ਨੇ ਪਰ ਲੰਘੇ 24 ਘੰਟਿਆਂ ਦੇ ਵਿੱਚ ਇੱਕ ਨਵੀਂ ਖਬਰ ਪ੍ਰਾਪਤ ਹੋਈ ਹੈ ਉਹ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਨਵਜੋਤ ਸਿੰਘ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਹੈ ਜਾਣਕਾਰ ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸਿੱਧੂ ਐਂਡ ਕੰਪਨੀ ਨੂੰ ਯਾਨੀ ਕਿ ਉਹਨਾਂ ਦੇ ਆਵਾਜ਼ੇ ਪੰਜਾਬ ਵਿੱਚਲੇ ਸਾਥੀਆਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਹਾਨੂੰ ਅਸੀਂ 5 ਸੀਟਾਂ ਵੀ ਦੇ ਦੇਾਂਗੇ 5 ਥਾਵਾਂ ਦੇ ਉੱਤੇ ਤੁਹਾਨੂੰ ਚੋਣ ਲੜਨ ਦਾ ਅਧਿਕਾਰ ਮਿਲ ਜਾਏਗਾ ਉਪ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਏਗੀ ਹੋਰ ਤੁਹਾਨੂੰ ਚਾਹੀਦਾ ਕੀ ਹੈ ਕਹਿੰਦੇ ਨੇ ਕਿ ਪੇਚਕ ਨਿੱਕੀ ਜੀ ਗੱਲ ਦੇ ਉੱਤੇ ਫਸਿਆ ਹੋਇਆ ਹੈ ਸਿੱਧੂ ਹੋਰੀ ਇਹ ਚਾਹੁੰਦੇ ਆ ਇਹਨਾਂ ਦੇ ਸਾਥੀ ਵੀ ਇਹ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਲੇਵਾ ਨਾ ਕੀਤਾ ਜਾਵੇ ਆਪਣੇ ਫਰੰਟ ਦਾ ਮਰਜ਼ ਅਸੀਂ ਨਾ ਹੋਏਗੇ ਅਸੀਂ ਸਿਰਫ ਤੇ ਸਿਰਫ ਗੱਠ ਜੋੜ ਕਰਗੇ ਤੇ ਬਾਅਦ ਦੇ ਵਿੱਚ ਮਰਜ਼ੀ ਦੇ ਮੁਤਾਬਕ ਦੇਖਾਂਗੇ ਕੈਪਵਰਕ ਦੇ ਵਿੱਚ ਕੀ ਕਰਨਾ ਤੇ ਕੀ ਨਹੀਂ ਕਰਨਾ ਕਹਿੰਦੇ ਨੇ ਕਿ ਸਿੱਧੂ ਦੀ ਇਸ ਸੰਦਰਭ ਦੇ ਵਿੱਚ ਦੁਰਗੇਸ਼ ਪਾਟਕ ਦੇ ਨਾਲ ਦਿੱਲੀ ਵਿੱਚ ਮੁਲਾਕਾਤ ਵੀ ਹੋ ਸਕੀ ਹੈ ਤੇ ਆਉਂਦੇ ਸਮੇਂ ਦੇ ਵਿੱਚ ਕੀ ਕੀ ਕੁਝ ਹੋਰ ਹੋਏਗਾ ਇਹਦੇ ਵੱਲ ਨਜ਼ਰਾਂ ਭਾਜਪਾ ਦੀਆਂ ਅਕਾਲੀ ਦਲ ਦੀਆਂ ਤੇ ਕਾਂਗਰਸ ਦੀਆਂ ਟਿੱਕੀਆਂ ਹੋਈਆਂ ਨੇ ਪਰ ਇਹ ਗੱਲ ਹੁਣ ਜਾਣਕਾਰ ਸੂਤਰਾਂ ਤੋਂ ਮਿਲਣੀ ਸ਼ੁਰੂ ਹੋ ਚੁੱਕੀ ਹੈ ਕਿ ਸਿੱਧੂ ਤੇ ਉਹਨਾਂ ਦੀ ਮਿੱਤਰ ਮੰਡਲੀ ਦਾ ਮੋਹ ਅਕਾਲੀ ਦਲ ਤੋਂ ਤਾਂ ਪਹਿਲਾਂ ਹੀ ਪੰਗ ਸੀ ਭਾਜਪਾ ਨੂੰ ਉਹ ਚੰਗਾ ਸਮਝਦੇ ਹੀ ਨਹੀਂ ਹੁਣ ਕਾਂਗਰਸ ਤੋਂ ਵੀ ਪੰਗ ਹੋ ਚੁੱਕਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾਂਦੀ ਸੀ ਕਿ ਜੇਕਰ ਇਹ ਆਉਣਾ ਚਾਹਣ ਕਾਂਗਰਸ ਦੇ ਵਿੱਚ ਤਾਂ ਬਿਨਾਂ ਸ਼ਰਤ ਤੋਂ ਆ ਸਕਦੇ ਨੇ ਬੇਸ਼ੱਕ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਕੈਪਟਨ ਨੂੰ ਕਈ ਵਾਰ ਘੁਰਕੀ ਵੀ ਮਾਰੀ ਗਈ ਕਿ ਸਿੱਧੂ ਐਂਡ ਕੰਪਨੀ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਏਗੇ ਪਰ ਕੈਪਟਨ ਹੋਰੀ ਦਿਲੋਂ ਖੁਸ਼ ਨਹੀਂ ਸਨ ਤੇ ਇਸ ਗੱਲ ਨੂੰ ਸਿੱਧੂ ਤੇ ਉਹਨਾਂ ਦੇ ਸਾਥੀ ਵੀ ਭਾਂਪ ਗਏ ਜੋ ਅੱਜ ਦੀ ਖਬਰ ਹੈ ਉਸ ਦਾ ਵੇਰਵਾ ਇਸ ਤਰੀਕੇ ਨਾਲ ਪ੍ਰਾਪਤ ਹੋਇਆ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਇਹ ਸੰਕੇਤ ਦਿੱਤੇ ਨੇ ਕਿ ਨਵਜੋਤ ਸਿੰਘ ਸਿੱਧੂ ਕਦੇ ਵੀ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਸਕਦੇ ਨੇ। ਉਹਨਾਂ ਨੇ ਇਸ ਬਾਬਤ ਸਪਸ਼ਟ ਤੌਰ ਤੇ ਕਿਹਾ ਕਿ ਸਿੱਧੂ ਨਾਲ ਨਵੇਂ ਸਿਰੇ ਤੋਂ ਪਾਰਟੀ ਦੀ ਗੱਲਬਾਤ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ, ਡਿਪਟੀ ਸੀਐਮ ਬਣਾਏ ਜਾਣਗੇ ਜਾਂ ਆਵਾਜ਼ੇ ਪੰਜਾਬ ਦਾ ਆਪ ਨਾਲ ਗਠਜੋੜ ਹੋਵੇਗਾ ਤੇ ਕਿੰਨੀਆਂ ਸੀਟਾਂ ਦਿੱਤੀਆਂ ਜਾਣਗੀਆਂ ਇਸ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ। ਇੱਕ ਸਵਾਲ ਦੇ ਜਵਾਬ ਦੇ ਵਿੱਚ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਵਿੱਚ ਸਿੱਧੂ ਤੇ ਉਹਨਾਂ ਦੀ ਪਤਨੀ ਨੇ ਕਈ ਸਾਲਾਂ ਤੋਂ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ ਇਸ ਲਈ ਉਹਨਾਂ ਦੇ ਨਾਲ ਨਵੇਂ ਸਿਰੇ ਤੋਂ ਆਪ ਹੱਥ ਮਿਲਾਉਣ ਬਾਰੇ ਵਿਚਾਰ ਕਰ ਰਹੀ ਹੈ ਡੇਢ ਮਹੀਨਾ ਪਹਿਲਾਂ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਏ ਸਨ ਕਿ ਕੇਜਰੀਵਾਲ ਉਹਨਾਂ ਦਾ ਇਸਤੇਮਾਲ ਸ਼ੋਪੀਸ ਦੇ ਤੌਰ ਤੇ ਕਰਨਾ ਚਾਹੁੰਦੇ ਨੇ ਉਹਨਾਂ ਕੇਜਰੀਵਾਲ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਕੇ ਮੋਰਚਾ ਖੋਲ੍ਹ ਦਿੱਤਾ ਸੀ ਕਿ ਕੇਜਰੀਵਾਲ ਦੀ ਤਖਨੀ ਤੇ ਕਰਨੀ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ ਤੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਜਾਪਦਾ ਹੈ ਕਿ ਸਿੱਧੂ ਤੇ ਉਹਨਾਂ ਦੇ ਦੋਸਤਾਂ ਦੀ ਪੰਜਾਬ ਦੇ ਪ੍ਰਤੀ ਹਮਦਰਦੀ ਘਟ ਹੈ ਆਪਣੀਆਂ ਕੁਰਸੀਆਂ ਆਪਣੀਆਂ ਸੀਟਾਂ ਆਪਣੇ ਮੁਫਾਦਾਂ ਦੇ ਲਈ ਉਹਨਾਂ ਦੀ ਯਾਰਾ ਖਿੱਚ ਹੈ ਕਾਰਨ ਇਹ ਹੈ ਕਿ ਜਦੋਂ ਵੀ ਇਸ ਫਰੰਟ ਦਾ ਕੋਈ ਆਗੂ ਇਹ ਗੱਲ ਕਹਿੰਦਾ ਕਿ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਜੁੜਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਪੰਜਾਬ ਦੇ ਭਲੇ ਬਾਰੇ ਸੋਚਾਂਗੇ ਪੰਜਾਬ ਦੇ ਭਲੇ ਦੀ ਗੱਲ ਸਾਰੇ ਹੀ ਕਰਦੇ ਨੇ ਪਰ ਅੱਜ ਤੱਕ ਕਿਹਨੇ ਕਿੰਨਾ ਕੁ ਭਲਾ ਕੀਤਾ ਪੰਜਾਬ ਦਾ ਇਹਦੇ ਬਾਬਤ ਕੋਈ ਭੁੱਲਿਆ ਨਹੀਂ ਦੂਜੀ ਗੱਲ ਦੋਸਤੋ ਇਹ ਹੈ ਕਿ ਇਹ ਪੰਜਾਬ ਦੇ ਭਲੇ ਦੇ ਲਈ ਨਹੀਂ ਸਗੋਂ ਇਹ ਫਰੰਟ ਇੱਕ ਸਿਆਸੀ ਸੌਦੇਬਾਜ਼ੀ ਕਰ ਰਿਹਾ ਹੈ ਇਹਦੇ ਵਿੱਚ ਹੁਣ ਕਿਹੜੀ ਸੌਦੇਬਾਜ਼ੀ ਤੋਂ ਬਿਨਾ ਗੱਲ ਨਿਕਲ ਸਕਦੀ ਹੈ ਕਿਹੜੀ ਪੰਜਾਬ ਦੇ ਭਲੇ ਦੀ ਗੱਲ ਹੋ ਸਕਦੀ ਹੈ ਕਿ ਅਸੀਂ ਤਾਂ ਜੀ ਉਪ ਮੁੱਖ ਮੰਤਰੀ ਦੀ ਕੁਰਸੀ ਲੈਣੀ ਹੈ ਸਾਨੂੰ ਇੰਨੀਆਂ ਟਿਕਟਾਂ ਦਿਓ ਸਾਨੂੰ ਆਹ ਦਿਓ ਸਾਨੂੰ ਉਹ ਦਿਓ ਅਸੀਂ ਗੱਟ ਜੋੜ ਨਹੀਂ ਕਰਨਾ ਅਸੀਂ ਰਲੇਮਾ ਨਹੀਂ ਕਰਨਾ ਕਦੇ ਕੀ ਕਰਨਾ ਕਦੇ ਕੀ ਕਰਨਾ ਲੋਕ ਸਾਰਾ ਕੁਝ ਤੇਲ ਤੇ ਤੇਲ ਦੀ ਧਾਰ ਦੇ ਰੂਪ ਦੇ ਵਿੱਚ ਦੇਖ ਰਹੇ ਨੇ ਲੋਕ ਇਹ ਗੱਲ ਸੋਚਦੇ ਨੇ ਜੋ ਸੱਥਾਂ ਦੇ ਵਿੱਚ ਬੈਠੇ ਲੋਕ ਨੇ ਪਾਰਕਾਂ ਦੇ ਵਿੱਚ ਬੈਠੇ ਲੋਕ ਨੇ ਡਰਾਇੰਗ ਰੂਮਾਂ ਦੇ ਵਿੱਚ ਬੈਠੇ ਲੋਕ ਨੇ ਉਹ ਕਹਿੰਦੇ ਨੇ ਕਿ ਇਹ ਤਾਂ ਸੱਤਾ ਲਾਲਸਾ ਦੀ ਇੱਕ ਬਹੁਤ ਵੱਡੀ ਗੱਲ ਹੈ ਪਰ ਇੱਕ ਖਬਰ ਹੋਰ ਪ੍ਰਾਪਤ ਹੋਈ ਹੈ ਲੰਘੇ ਕੱਲ ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਤਿੱਖੇ ਤੇਵਰਾਂ ਦੇ ਵਿੱਚ ਜਵਾਬ ਦਿੱਤਾ ਕਿਉਂਕਿ ਸੁਖਬੀਰ ਨੇ ਪਰਸੋਂ ਇਹ ਗੱਲ ਕਹੀ ਸੀ ਕਿ ਨਵਜੋਤ ਸਿੱਧੂ ਤਾਂ ਮਨੁੱਖੀ ਬੰਬ ਵਰਗਾ ਏ ਜਿਹਦੇ ਨਾਲ ਲੱਗਾ ਉਹਨੂੰ ਤੈਸ਼ ਨਾਸ਼ ਕਰ ਦੇਵੇਗਾ ਤੇ ਨਵਜੋਤ कौर ਨੇ ਕਿਹਾ ਕਿ ਜੇਕਰ ਮੇਰੇ ਸਿਰ ਦਾ ਸਾਈ ਮਨੁੱਖੀ ਬੰਬ ਹੈ ਤਾਂ ਸਭ ਤੋਂ ਪਹਿਲਾਂ ਉਹ ਬੰਬ ਬਣ ਕੇ ਸੁਖਬੀਰ ਬਾਦਲ ਨੂੰ ਤੇ ਵਿਕਰਮ ਸਿੰਘ ਮਜੀਠੀਆ ਨੂੰ ਜੱਫੀ ਪਾਵੇਗਾ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਦੋਸਤੋ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਪੰਜਾਬ ਦੇ ਮਾਲ ਮੰਤਰੀ ਨੇ ਉਹਨਾਂ ਦੇ ਕੋਲੇ ਲੋਕ ਸੰਪਰਕ ਵਿਭਾਗ ਸਮੇਤ ਕਈ ਹੋਰ ਤਰ੍ਹਾਂ ਦੇ ਵਿਭਾਗ ਵੀ ਨੇ ਉਹਨਾਂ ਦੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਿੱਖੇ ਸ਼ਬਦਾਂ ਵਾਲੀ ਸਿਆਸਤ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਵਕ ਵਕ ਆਗੂ ਕਈ ਤਰ੍ਹਾਂ ਦੇ ਦੋਸ਼ ਲਗਾ ਰਹੇ ਨੇ ਇਸ ਕਰਕੇ ਜਵਾਬੀ ਰੂਪ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰ ਹੀ ਕਾਫੀ ਹਮਲਾਵਰ ਹੋਏ ਪੈ ਨੇ ਵਕ ਵਕ ਅਖਬਾਰਾਂ ਦੇ ਦਫ਼ਤਰਾਂ ਦੇ ਵਿੱਚ ਉਹ ਲੰਘੇ ਦੇਣੀ ਗਏ ਨੇ ਤੇ ਉਹਨਾਂ ਦੇ ਵੱਲੋਂ ਇਹ ਗੱਲ ਬੜੇ ਉਚੇਚੇ ਤਰੀਕੇ ਨਾਲ ਕਹੀ ਜਾ ਰਹੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਦਾ ਨੰਬਰ ਲਾਇਆ ਜਾਣਾ ਤੈ ਉਨ੍ਹਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਭਗਵੰਤ ਮਾਨ ਨੂੰ ਤਾਂ ਹੁਣ ਤੱਕ ਖੁੱਡੇ ਲਾ ਦੇਣਾ ਸੀ ਆਮ ਆਦਮੀ ਪਾਰਟੀ ਨੇ ਉਹ ਤਾਂ ਇਹਨਾਂ ਦੀ ਪਾਰਟੀ ਦੇ ਵਿੱਚ ਟੁੱਟ ਭੱਜ ਕਾਫੀ ਹੋ ਗਈ ਹੈ ਇਸ ਕਰਕੇ ਭਗਵੰਤ ਮਾਨ ਨੂੰ ਖੁੱਡੇ ਲਾਉਣਾ ਥੋੜਾ ਜਿਹਾ ਲੇਟ ਹੋ ਗਿਆ ਪਰ ਦੇਰ ਸਵੇਰ ਇਹਨਾਂ ਨੇ ਕੰਮ ਉਹਦਾ ਵੀ ਕਰ ਦੇਣਾ ਇਹ ਭਵਿੱਖਬਾਣੀ ਕਿੰਨੀ ਕੁ ਸੱਚੀ ਸਾਬਤ ਹੋਏਗੀ ਕਿੰਨੀ ਕੁ ਝੂਠੀ ਇਹ ਤਾਂ ਵਕਤ ਦੱਸੇਗਾ ਪਰ ਖਬਰ ਕੀ ਦੱਸਦੀ ਹੈ ਇਸ ਦਾ ਵੇਰਵਾ ਇਸ ਤਰੀਕੇ ਨਾਲ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਦੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਚਰਚਾ ਵਿੱਚ ਨੇ ਮਜੀਠੀਆ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੱਤਾ ਵਿੱਚ ਆਉਣ ਤੇ ਜੇਲ੍ਹ ਭੇਜਣ ਦੀ ਚੇਤਾਵਨੀ ਦਿੱਤੀ ਹੈ ਕੇਜਰੀਵਾਲ ਦੀ ਇਸ ਚੇਤਾਵਨੀ ਪੰਜਾਬ ਦੇ ਚੋਣਾਂ ਦੇ ਮਾਹੌਲ ਤੇ ਅਕਾਲੀ ਦਲ ਦੀ ਚੋਣਾਂ ਦੀ ਤਿਆਰੀ ਬਾਰੇ ਸੋਚਣ ਦੇ 바ਬਤ ਮੀਡੀਆ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੂੰ ਕਰ ਰਿਹਾ ਹੈ ਪਹਿਲਾ ਸਵਾਲ মিডিਆ ਉਹਨਾਂ ਨੂੰ ਇਹ ਕਰ ਰਿਹਾ ਕਿ ਕੇਜਰੀਵਾਲ ਤੁਹਾਨੂੰ ਜੇਲ੍ਹ ਭੇਜਣ ਦੀ ਚੇਤਾਵਨੀ ਦੇ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਮਜੀਠੀਆ ਦਾ ਕਹਿਣਾ ਹੈ ਕਿ ਕੇਜਰੀਵਾਲ ਦਾ ਕਿਸੇ ਪੰਜਾਬੀ ਨਾਲ ਵਾਰ ਨਹੀਂ ਪਿਆ ਮੈਂ ਉਸ ਦੀਆਂ ਚੀਕਾਂ ਕਢਾ ਦਿਆਂਗਾ ਕੇਜਰੀਵਾਲ ਮੇਰੇ ਖਿਲਾਫ ਝੂਠੇ ਬਿਆਨ ਦਾਕ ਰਿਹਾ ਏ ਜੇਕਰ ਉਹਦੇ ਕੋਲ ਮੇਰੇ ਖਿਲਾਫ ਕੋਈ ਸਬੂਤ ਹੈ ਤਾਂ ਮੇਰੇ ਵੱਲੋਂ ਕੀਤੇ ਗਏ ਮਾਨਹਾਨੀ ਦੇ ਮਾਮਲੇ ਵਿੱਚ ਡੇ ਟੂ ਡੇ ਹਿਅਰਿੰਗ ਤੋਂ ਉਹ ਕਿਉਂ ਭੱਜ ਰਿਹਾ ਹੈ ਦੂਜਾ ਸਵਾਲ ਉਹਨਾਂ ਨੂੰ ਇਹ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਬਾਬਤ ਤੁਹਾਡਾ ਕੀ ਕਹਿਣਾ ਹੈ ਤਾਂ ਮਜੀਠੀਆ ਦਾ ਕਹਿਣਾ ਹੈ ਕਿ ਕੇਜਰੀਵਾਲ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਯੂਥ ਮੈਨੀਫੈਸਟੋ ਵਿੱਚ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ 5 ਸਾਲਾਂ ਚ 25 ਲੱਖ ਨੌਕਰੀਆਂ ਦੇਵਾਂਗੇ ਪੰਜਾਬ ਦੇ ਵਿੱਚ ਇਸ ਵਕਤ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ 2.4 ਲੱਖ ਦੇ ਨੇੜੇ ਹੈ। ਸੋ 25 ਲੱਖ ਨੌਕਰੀਆਂ ਕਿੱਥੋਂ ਆਉਣਗੀਆਂ? ਇਸ ਹਿਸਾਬ ਨਾਲ ਹਰ ਸਾਲ 5 ਲੱਖ ਨੌਕਰੀਆਂ ਦੇਣੀਆਂ ਪੈਣਗੀਆਂ ਤੇ ਜੇਕਰ ਇਸ ਦੀ ਔਸਤ ਕੱਢ ਗਏ ਤਾਂ ਰੋਜ਼ਾਨਾ ਬਿਨਾਂ ਛੁੱਟੀ ਕੀਤਿਆਂ 1370 ਨੌਕਰੀਆਂ ਦੇਣੀਆਂ ਪੈਣਗੀਆਂ। ਤੀਜਾ ਸਵਾਲ ਉਹਨਾਂ ਨੂੰ ਇਹ ਕੀਤਾ ਜਾ ਰਿਹਾ ਹੈ ਕਿ ਜੇਕਰ ਤੁਹਾਡੇ ਖਿਲਾਫ ਭਗਵੰਤ ਮਾਨ ਨੂੰ ਉਤਾਰਿਆ ਜਾਂਦਾ ਵੋਟਾਂ ਵਿੱਚ ਤਾਂ ਤੁਸੀਂ ਤਿਆਰ ਹੋ? ਤਾਂ ਉਹਨਾਂ ਦਾ ਕਹਿਣਾ ਹੈ ਕਿ ਛੋਟੇ ਪੁਰ ਤੋਂ ਬਾਅਦ ਭਗਵੰਤ ਮਾਨ ਦਾ ਨੰਬਰ ਲੱਗਣਾ ਤੈ ਹੈ ਜੇਕਰ ਉਹ ਚਾਹਣ ਤਾਂ ਮੇਰੇ ਖਿਲਾਫ ਚੋਣਾ ਲੜ ਲੈਣ ਮੈਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ ਹੈ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਵਿਕਰਮ ਸਿੰਘ ਮਜੀਠੀਆ ਵੀ ਤੱਤੇ ਪਾਰੇ ਨੇ ਤੇ ਕੇਜਰੀਵਾਲ ਹੋਰੇ ਵੀ ਖਾਸੀ ਤੱਤੇ ਪਾਰੇ ਨੇ ਮਜੀਠੀਆ ਦੇ ਉੱਤੇ ਦੋਨਾਂ ਦੇ ਵੱਲੋਂ ਸ਼ਬਦਕ ਜੰਗ ਲਗਾਤਾਰ ਜਾਰੀ ਹੈ ਮਜੀਠੀਆ ਖੁਰਾਣੇ ਲੁਧਿਆਣੇ ਦੀ ਅਦਾਲਤ ਦੇ ਵਿੱਚ ਸੰਜੇ ਸਿੰਘ ਤੇ ਕਈ ਹੋਰ ਨਾਂ ਆਪ ਆਗੂਆਂ ਦੇ ਖਿਲਾਫ ਮਾਨਹਾਨੀ ਦਾ ਕੇਸ ਵੀ ਕੀਤਾ ਹੋਇਆ ਹੈ ਅਮਰਤਸਰ ਦੀ ਅਦਾਲਤ ਦੇ ਵਿੱਚ ਕੇਜਰੀਵਾਲ ਦੇ ਖਿਲਾਫ ਵੀ ਕੇਸ ਕੀਤਾ ਹੋਇਆ ਹੈ ਤਰੀਕਾ ਪੈਰਿੰਗਾਂ ਨੇ ਲਗਾਤਾਰ ਅੱਗੇ ਤੋਂ ਅੱਗੇ ਅਦਾਲਤੀ ਕਾਰਵਾਈ ਚੱਲ ਰਹੀ ਹੈ ਪਰ ਇਹ ਸਾਰੇ ਸਿਲਸਲੇ ਦਰਮਿਆਨ ਜਦੋਂ ਮਜੀਠੀਆ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਚੀਕਾਂ ਕਢਵਾ ਦਿਆਂਗਾ ਕੇਜਰੀਵਾਲ ਦੀਆਂ ਬੰਦਾ ਬਣਾ ਕੇ ਛੱਡਾਂਗਾ ਉਹਦਾ ਅਜੇ ਸਹੀ ਪੰਜਾਬੀ ਨਾਲ ਵਾਪਿਆ ਹੀ ਨਹੀਂ ਇਹ ਗੱਲਾਂ ਕਾਫੀ ਧਿਆਨ ਖਿੱਚਲੀਆਂ ਨੇ ਅਕਾਲੀ ਦਲ ਦੇ ਹੌਸਲੇ ਕਾਫੀ ਉੱਚੇ ਨੇ ਇਹਨਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਪਰ ਕੇਜਰੀਵਾਲ ਐਂਡ ਕੰਪਨੀ ਦੇ ਵੀ ਹੌਸਲੇ ਕਿਸੇ ਪਾਸਿਓਂ ਘਟ ਨਜ਼ਰ ਨਹੀਂ ਆ ਰਹੇ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦਾ ਚੋਣ ਦੰਗਲ ਹੋਰ ਜ਼ਿਆਦਾ ਭਖਣ ਦੀਆਂ ਉਮੀਦਾਂ ਨੇ ਖਬਰਾਂ ਦੇ ਉਤੇ ਵਿਚਾਰ ਚਰਚਾ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ ਪਰ ਪਹਿਲਾਂ ਨਹੀਂ ਛੋਟੀ ਜਾਈ ਬ੍ਰੇਕ ਦੋਸਤੋ ਸਮਾਂ ਬਦਲ ਗਿਆ ਸੰਸਾਰ ਬਦਲ ਗਿਆ ਤੇ ਮਨੁੱਖ ਦੀ ਸੋਚ ਵੀ ਢੇਰ ਸਾਰੀ ਬਦਲ ਗਈ ਹੈ ਪਰ ਇਤਿਹਾਸਕ ਦਿਹਾੜਿਆਂ ਦੇ ਪ੍ਰਤੀ ਅੱਜ ਵੀ ਅਸੀਂ ਪਹਿਲਾਂ ਜਿੰਨੀ ਸ਼ਰਧਾ ਰੱਖਦੇ ਹਾਂ ਸਾਡੇ ਮਨ ਦੇ ਵਿੱਚ ਅੱਜ ਵੀ ਪਹਿਲਾਂ ਜਿੰਨੀ ਹੀ ਇੱਛਾ ਬਰਕਰਾਰ ਰਹੀ ਹੈ ਦੀਵਾਲੀ ਉਹਨਾਂ ਦਿਹਾੜਿਆਂ ਦੇ ਵਿੱਚੋਂ ਇੱਕ ਇਹੋ ਜਿਹਾ ਤਿਉਹਾਰ ਹੈ ਜਿਸ ਨੂੰ ਅਸੀਂ ਰੌਸ਼ਨੀਆਂ ਦੇ ਤਿਉਹਾਰ ਦੇ ਤੌਰ ਤੇ ਜਾਣਦੇ ਹਾਂ ਮੇਰੇ ਵੱਲੋਂ ਵੀ ਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਦੇ ਵੱਲੋਂ ਵੀ ਦੇਸ਼ ਦੁਨੀਆ ਦੇ ਵਿੱਚ ਵਸਦੇ ਸਮੂਹ ਦਰਸ਼ਕਾਂ ਨੂੰ ਦੀਵਾਲੀ ਦੇ ਇਸ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ Thank you ਬਾਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ ਅਵਤਾਰ ਸਿੰਘ ਮੱਕੜ ਜਿਹੜੇ ਕਿ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਿਛਲੇ 11 ਸਾਲ ਤੋਂ ਉਹਨਾਂ ਨੂੰ ਅਸੀਂ ਇਸ ਕੁਰਸੀ ਦੇ ਉੱਤੇ ਬੈਠੇ ਹੋਏ ਦੇਖ ਰਹੇ ਹਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਬਾਦਲ ਪਰਿਵਾਰ ਮੈਨੂੰ ਹੋਰ ਸੇਵਾ ਦਾ ਮੌਕਾ ਦੇਵੇਗਾ ਸ਼੍ਰੋਮਣੀ ਕਮੇਟੀ ਦੀ ਸੇਵਾ ਕਰਨ ਦਾ ਤਾਂ ਮੈਂ ਹੋਰ ਸੇਵਾ ਵੀ ਤਨਦੇਹੀ ਦੇ ਨਾਲ ਨਿਭਾਵਾਂਗਾ ਹਾਲਾਂਕਿ ਅਵਤਾਰ ਸਿੰਘ ਮੱਕੜ ਖੁਰਾਂ ਦੀ ਇਸ ਕੁਰਸੀ ਤੋਂ ਛੁੱਟੀ ਹੋਣ ਦੀਆਂ ਖਬਰਾਂ ਕਈ ਵਾਰ ਫੈਲੀਆਂ ਨੇ ਮੀਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਰ ਉਹਨਾਂ ਦਾ ਬਚਾਅ ਹੋ ਜਾਂਦਾ ਤੇ ਹਾਲੇ ਵੀ ਉਹਨਾਂ ਦੇ ਵੱਲੋਂ ਇੱਛਾ ਪਾਲੀ ਜਾ ਰਹੀ ਹੈ ਕਿ ਮੈਨੂੰ ਜੇਕਰ ਮੌਕਾ ਮਿਲੇਗਾ ਤਾਂ ਮੈਂ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਪਹਿਲਾਂ ਨਾਲੋਂ ਵੀ ਬਿਹਤਰ ਤਰੀਕੇ ਦੇ ਨਾਲ ਅਗਵਾਈ ਕਰਕੇ ਚੰਗੀ ਅੱਗੇ ਤੋਂ ਅੱਗੇ ਵਧਾਵਾਂਗਾ ਇੱਥੇ ਵੀ ਦੱਸਣਾ ਬਣਦਾ ਹੈ ਕਿ ਸੇਵਾ ਸਿੰਘ ਸੇਖਵਾ ਜਿਹੜੇ ਕਿ ਪੰਜਾਬ ਦੇ ਸਾਬਕਾ ਵਜ਼ੀਰ ਨੇ ਤੇ ਕਿਰਪਾਲ ਸਿੰਘ ਬਡੂਂਗਰ ਜਿਹੜੇ ਕਿ ਸਾਬਕਾ ਜਥੇਦਾਰ ਨੇ ਉਹਨਾਂ ਦੇ ਵੱਲੋਂ ਵੀ ਇਸ ਦੌੜ ਦੇ ਵਿੱਚ ਸ਼ਾਮਲ ਬੜੀ ਸ਼ਿੱਦਤ ਦੇ ਨਾਲ ਹੋਇਆ ਗਿਆ ਉਹ ਵੀ ਕੁਰਸੀ ਦੇ ਭਾਵੇਂ ਨੂੰ ਹੱਥ ਪਾਉਣਾ ਚਾਹੁੰਦੇ ਨੇ ਉਹ ਵੀ ਚਾਹੁੰਦੇ ਨੇ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸਾਡੀ ਝੋਲੀ ਦੇ ਵਿੱਚ ਪੈ ਜਾਵੇ ਤਦੋਂ ਪਵੇਗੀ ਇਹ ਪ੍ਰਦਾਨਗੀ ਕਿਸ ਦੀ ਝੋਲੀ ਵਿੱਚ ਪਵੇਗੀ ਇਹ ਪ੍ਰਦਾਨਗੀ ਵਕਤ ਦੱਸੇਗਾ ਪਰ ਖਬਰ ਜੋ ਕੁਝ ਦੱਸ ਰਹੀ ਹੈ ਉਸ ਦਾ ਸੰਖੇਪ ਦੇ ਵਿੱਚ ਵੇਰਵਾ ਇਸ ਤਰੀਕੇ ਨਾਲ ਕਿ 11 ਸਾਲਾਂ ਤੋਂ ਮੇਰੇ ਵੱਲੋਂ ਕੀਤੇ ਗਏ ਪੰਥ ਵਿਕਾਸ ਦੇ ਕਾਰਜਾਂ ਦਾ ਜਵਾਬ ਸਿੱਖ ਪੰਥ ਹੀ ਦੇ ਸਕਦਾ ਹੈ। ਮੇਰਾ ਕੰਮ ਤਾਂ ਸਿਰਫ ਪੰਥ ਵੱਲੋਂ ਵਿਸ਼ਵਾਸ ਦਿਖਾ ਕੇ ਦਿੱਤੀ ਗਈ ਕੁਰਸੀ ਉੱਤੇ ਬੈਠ ਕੇ ਪੰਥ ਦੀ ਸੇਵਾ ਕਰਨਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਨੇ ਜੋ ਨਿਮਾਣੇ ਜਾਇ ਸਿੱਖ ਨੂੰ 11 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਦੇ ਕੇ ਨਿਵਾਜ਼ਿਆ ਗਿਆ ਹੈ ਤੇ ਅੱਗੇ ਵੀ ਜੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਤਾਂ ਮੈਂ ਤੰਦ ਹੀ ਨਾਲ ਸੇਵਾ ਕਰਕੇ ਨਿਭਾਉਣ ਦਾ ਯਤਨ ਕਰਾਂਗਾ। ਇਹ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਕਹੇ ਗਏ ਨੇ ਉਹਨਾਂ ਨੇ ਕਿਹਾ ਕਿ ਪੰਥ ਨੇ ਜਦੋਂ ਪਹਿਲੀ ਵਾਰ ਮੈਨੂੰ ਐਸਜੀਪੀਸੀ ਦਾ ਪ੍ਰਧਾਨ ਬਣਾ ਕੇ 23 ਨਵੰਬਰ 2005 ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਉਹਨਾਂ ਨੇ ਗੁਰਦੁਆਰਿਆਂ ਵਿੱਚ ਆਪਣੇ ਪਹਿਲੇ ਦੌਰੇ ਤੋਂ ਬਾਅਦ ਵੀਵੀਆਈਪੀ ਕਲਚਰ ਖਤਮ ਕਰ ਦਿੱਤਾ ਤੇ ਸਾਰਿਆਂ ਨੂੰ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਵਰਤਾਉਣ ਦੀ ਪਰੰਪਰਾ ਨੂੰ ਲਾਗੂ ਕੀਤਾ ਉਹਨਾਂ ਗੁਰਦੁਆਰਿਆਂ ਨੂੰ ਉਹਨਾਂ ਪ੍ਰਬੰਧਕਾਂ ਦੇ ਖਿਲਾਫ ਕੀਤਾ ਜੋ ਗੁਰੂ ਘਰ ਵਿੱਚ ਚੋਰੀ ਗੋਲਕ ਵਿੱਚੋਂ ਚੋਰੀ ਤੇ ਹੋਰ ਅਪਰਾਧ ਕਰ ਰਹੇ ਸਨ ਜਿਨ੍ਹਾਂ ਖਿਲਾਫ ਸਬੂਤ ਮਿਲਣ ਤੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਕਾਜ ਕਈ ਵਾਰ ਲੋਕਾਂ ਦਾ ਧਿਆਨ ਇਸ ਗੱਲੋਂ ਖਿੱਚਣ ਦੇ ਵਿੱਚ ਸਫਲ ਹੋਇਆ ਕਿ ਕੰਮਕਾਜ ਬਾਖਮਾਲ ਕੀਤੇ ਜਾਂਦੇ ਨੇ ਸਿੱਖਿਆ ਦੇ ਮਾਮਲੇ ਵਿੱਚ ਸਿਹਤ ਦੇ ਮਾਮਲੇ ਵਿੱਚ ਤੇ ਮਨੁੱਖਤਾ ਦੀ ਸੇਵਾ ਦੇ ਮਾਮਲੇ ਦੇ ਵਿੱਚ ਕਮੇਟੀ ਦੇ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਈ ਜਾ ਰਹੀ ਹੈ ਪਰ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੇ ਉੱਤੇ ਵਿਵਾਦ ਵੀ ਖੜੇ ਹੋਏ ਕਈ ਤਰ੍ਹਾਂ ਦੀ ਸਵਾਲਾਂ ਦੀ ਵਾਛੜ ਵੀ ਹੋਈ ਕਾਰਨ ਇਹ ਹੈ ਕਿ ਅਰਬਾਂ ਰੁਪਏ ਦਾ ਬਜਟ ਹੋਵੇ ਸ਼੍ਰੋਮਣੀ ਕਮੇਟੀ ਦਾ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਕੋਈ ਬਹੁਤਾ ਯੋਗਦਾਨ ਨਾ ਪੈ ਸਕੇ ਇਸ ਕਰਕੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਵੀ ਰਹੇ ਨੇ ਅਵਤਾਰ ਸਿੰਘ ਮੱਕੜ ਤੇ ਸਮੁੱਚੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕੀ ਢਾਂਚਾ ਦੂਜੀ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੈ ਕੇ ਪਿੱਛੇ ਜਾਏ ਖਬਰਾਂ ਇਹ ਆਈਆਂ ਸਨ ਕਿ ਮੱਕੜ ਖੁਰਾਂ ਦੀ ਬਾਦਲ ਪਰਿਵਾਰ ਦੇ ਨਾਲ ਬਹੁਤੀ ਦਾਲ ਨਹੀਂ ਗੱਲ ਰਹੀ ਕਿਉਂਕਿ ਇਹਨਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਕਈ ਇਹੋ ਜਿਹੇ ਫੈਸਲੇ ਕੀਤੇ ਗਏ ਜਿਨ੍ਹਾਂ ਦੇ ਕਰਕੇ ਪੰਬਲ ਪੂਸਾ ਇੱਕ ਨਵਾਂ ਪੈਦਾ ਹੋਇਆ ਤੇ ਸਰਕਾਰ ਦੇ ਲਈ ਤੇ ਸ਼੍ਰੋਮਣੀ ਕਮੇਟੀ ਦੇ ਲਈ ਵੀ 605 ਵਾਲੀ ਸਥਿਤੀ ਪੈਦਾ ਹੋਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਖਬਰਾਂ ਪਿੱਛੇ ਜੇ ਆਈਆਂ ਸਨ ਕਿ ਜਾਨੀ ਗੁਰਵਚਨ ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਅਵਤਾਰ ਸਿੰਘ ਮੱਕੜ ਦੀ ਆਪਸ ਦੇ ਵਿੱਚ ਬਹੁਤੀ ਦਾਲ ਨੇ ਗੱਲ ਦੀ ਇਸੇ ਕਰਕੇ ਹੋ ਸਕਦਾ ਹੈ ਪਵੈਖ ਦੇ ਵਿੱਚ ਮੱਕੜ ਹੋਰਾਂ ਨੂੰ ਪ੍ਰਧਾਨਗੀ ਨਾਂ ਵੀ ਮਿਲੇ ਇਹ ਪ੍ਰਧਾਨਗੀ ਕਦੋਂ ਤੱਕ ਇਹਨਾਂ ਦੀ ਜਾਰੀ ਰਹੇਗੀ ਇਹਦੇ ਬਾਬਤ ਤਾਂ ਅਸੀਂ ਕੋਈ ਭਵਿੱਖਬਾਣੀ ਨਹੀਂ ਕਰਦੇ ਪਰ ਅਸੀਂ ਇਸ ਗੱਲ ਦੀ ਕਾਮਨਾ ਜ਼ਰੂਰ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਤੌਰ ਤੇ ਜਾਣਿਆ ਜਾਂਦਾ ਤੇ ਇਸ ਪਾਰਲੀਮੈਂਟ ਦੇ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਹੀ ਜੇ ਕੰਮ ਕੀਤੇ ਜਾਣ ਤਾਂ ਜ਼ਿਆਦਾ ਚੰਗੀ ਗੱਲ ਹੋਏਗੀ ਲੋਕਾਂ ਦੀ ਸ਼ਰਧਾ ਲੋਕਾਂ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਟੌਪ ਗੀਅਰ ਦੇ ਵਿੱਚ ਆਪਣੇ ਨੇਤਾਵਾਂ ਨੂੰ ਪਾਉਣ ਦੇ ਲਈ ਰਣਨੀਤੀ ਉਲੀਕੀ ਜਾ ਰਹੀ ਹੈ। ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਉਹਨਾਂ ਨੇ ਲੰਘੇ ਕੱਲ ਆਪਣੀ ਪਾਰਟੀ ਦੇ ਜ਼ਿਲ੍ਹਾ ਇੰਚਾਰਜਾਂ ਤੇ ਵਿਧਾਇਕਾਂ ਦੇ ਨਾਲ ਇੱਕ ਗੁਪਤ ਮੀਟਿੰਗ ਕੀਤੀ ਹੈ ਤੇ ਇਹ ਗੱਲ ਕਹੀ ਆ ਕਈਆਂ ਨੂੰ ਕਿ ਭਾਈ ਤੁਹਾਡੇ ਹਲਕਿਆਂ ਦੇ ਵਿੱਚ ਤੁਹਾਡੀ ਸਰਗਰਮੀ ਘਟਾ ਹੈ ਸਰਕਾਰ ਚਾਹੁੰਦੀ ਹੈ ਸਰਗਰਮੀ ਵੱਧ ਹੋਵੇ ਪਰ ਤੁਸੀਂ ਉਸ ਰੌਂ ਦੇ ਵਿੱਚ ਨਹੀਂ ਆ ਰਹੇ ਇਸ ਕਰਕੇ ਆਪਣੇ ਆਪ ਨੂੰ ਟੌਪ ਗियर ਦੇ ਵਿੱਚ ਪਾਓ ਜੇਕਰ ਅਸੀਂ ਚਾਹਨੇ ਆ ਕਿ ਸਾਡੀਆਂ ਟਿਕਟਾਂ ਪੱਕੀਆਂ ਰਹਿਣ ਜੇਕਰ ਅਸੀਂ ਚਾਹੁੰਦੇ ਆ ਕਿ ਤੀਜੀ ਵਾਰ ਵੀ ਸਾਡੀ ਪਾਰਟੀ ਦੀ ਸਰਕਾਰ ਬਣੇ ਸੁਖਬੀਰ ਸਿੰਘ ਬਾਦਲ ਖੁਰਾਡੇ ਵੱਲੋਂ ਇਸ ਗੱਲ ਦਾ ਇਸ਼ਾਰਾ ਕੀਤਾ ਗਿਆ ਹੈ ਕਿ ਆਉਂਦੇ 5-4 ਦਿਨਾਂ ਦੇ ਵਿੱਚ 70 ਉਮੀਦਵਾਰਾਂ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਰ ਦਿੱਤਾ ਜਾਏਗਾ ਤੇ ਇਹ ਵੀ ਗੱਲ ਸੁਣਨ ਦੇ ਵਿੱਚ ਆ ਰਹੀ ਆ ਕਿ ਅਕਾਲੀ ਦਲ ਦੇ ਵੱਲੋਂ ਇਸ ਵਾਰ 40 ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਯਾਨੀ ਕਿ ਯੂਥ ਨੂੰ ਅੱਗੇ ਲਿਆਉਣ ਦੇ ਲਈ ਖਾਕਾ ਤਿਆਰ ਕੀਤਾ ਗਿਆ ਪ੍ਰੋਗਰਾਮ ਬਣਾਇਆ ਗਿਆ ਇਸ ਖਬਰ ਦੇ ਮੁਤਲਕ ਗੱਲਾਂ ਬਾਤਾਂ ਕਈ ਕਈਆਂ ਜਾ ਸਕਦੀਆਂ ਨੇ ਪਰ ਉਹ ਚਰਚਾ ਕਰਨ ਤੋਂ ਪਹਿਲਾਂ ਖਬਰ ਦੇ ਉੱਤੇ ਪੰਛੀ ਛਾਤ ਪਾਉਣੀ ਬਣਦੀ ਹੈ ਜਿਸ ਦਾ ਬਿਰਵਾ ਇਸ ਤਰੀਕੇ ਨਾਲ ਕਿ ਮਿਸ਼ਨ 2017 ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਈਓ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੇ ਸਾਰੇ ਕਾਡਰ ਨੂੰ ਟੌਪ ਗੇਅਰ ਵਿੱਚ ਪਾਉਣ ਦੀ ਰਣਨੀਤੀ ਉਲੀਕੀ ਹੈ। ਇਸ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਯਾਨੀ ਕਿ ਅੱਜ ਜਦੋਂ ਤੱਕ ਅਸੀਂ ਇਹ ਖਬਰਾਂ ਸਾਂਝੀਆਂ ਕਰ ਰਹੇ ਹੋਵਾਂਗੇ ਉਦੋਂ ਤੱਕ ਅਕਾਲੀ ਦਲ ਦੇ ਮੌਜੂਦਾ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀ ਇੱਕ ਹੋਰ ਗੁਪਤ ਮੀਟਿੰਗ ਬੁਲਾਈ ਗਈ ਹੈ। ਬੜੀ ਤੇਜ਼ੀ ਨਾਲ ਬਦਲ ਰਹੇ ਨਵੇਂ ਸਿਆਸੀ ਦ੍ਰਿਸ਼ਾਂ ਨੂੰ ਵੇਖਦੇ ਹੋਏ ਅਕਾਲੀ ਨੇ ਵੀ ਆਪਣੇ ਕਦਰ ਨੂੰ ਸਰਗਰਮ ਕਰਨ ਦਾ ਪ੍ਰੋਗਰਾਮ ਉਲੀਕਿਆ ਇਸ ਪ੍ਰੋਗਰਾਮ ਤਹਿਤ ਹਰੇਕ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਤੇ ਹਲਕਾ ਵਾਈਜ਼ ਪੰਜਾਬ ਸਿਰਫ ਪੰਜਾਬੀਆਂ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਇਲਾਵਾ ਮਾਲਵਾ ਮਾਝਾ ਤੇ ਦੁਆਬਾ ਖੇਤਰਾਂ ਵਿੱਚ ਵੱਡੀਆਂ ਰੈਲੀਆਂ ਦਾ ਏਜੰਡਾ ਤਿਆਰ ਕੀਤਾ ਗਿਆ ਹੈ ਭਰੋਸੇਯੋਗ ਅਕਾਲੀ ਹਲਕਿਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੁਖਬੀਰ ਨੇ ਪਿਛਲੇ ਮਹੀਨਾ ਦੌਰਾਨ ਅਕਾਲੀ ਦਲ ਦੇ ਪੂਰੇ ਕਾਡਰ ਦੇ ਮਿਸ਼ਨ 2017 ਨੂੰ ਲੈ ਕੇ ਕਰੰਟ ਸਰਗਰਮੀਆਂ ਦੀਆਂ ਗੁਪਤ ਰਿਪੋਰਟਾਂ ਤਿਆਰ ਕਰਵਾਈਆਂ ਨੇ ਜਿਨ੍ਹਾਂ ਵਿੱਚ ਖੁਲਾਸਾ ਹੋਇਆ ਹੈ ਕਿ ਸਰਕਾਰੀ ਪੱਧਰ ਤੇ ਸਰਗਰਮੀਆਂ ਜ਼ੋਰਾਂ ਨਾਲ ਚੱਲ ਰਹੀਆਂ ਨੇ ਪਰ ਅਕਾਲੀ ਦਲ ਦਾ ਕਾਡਰ ਸਰਕਾਰ ਦੇ ਮੁਕਾਬਲੇ ਘੱਟ ਸਰਗਰਮ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਸੁਖਬੀਰ ਸਿੰਘ ਬਾਦਲ ਖੁਰਾਂਡੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਇਸ ਵਾਰ ਅਸੀਂ ਨੌਜਵਾਨ ਸ਼ਕਤੀ ਨੂੰ ਵੱਧ ਟਿਕਟਾਂ ਦੇਵਾਂਗੇ ਪਹਿਲਾਂ ਦੇ ਮੁਕਾਬਲਤਨ ਜਦੋਂ ਨਵੇਂਆਂ ਨੂੰ ਟਿਕਟਾਂ ਮਿਲਣਗੀਆਂ ਤਾਂ ਪੁਰਾਣੇ ਕਿਹੜਾ ਚੰਦ ਚੜਨਗੇ ਵਿਰੋਧ ਕਰਨਗੇ ਚੁੱਪ ਕਰੇ ਬੈਠੇ ਰਹਿਣਗੇ ਜਾਂ ਉਹਨਾਂ ਨੂੰ ਬਾਗੀਆਂ ਨੂੰ ਮਨਾਉਣ ਦੇ ਵਿੱਚ ਅਕਾਲੀ ਦਲ ਕਾਮਯਾਬ ਹੋਏਗਾ ਇਹ ਵਕਤ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਪਰ ਪਾਰਟੀ ਦੇ ਵਿੱਚ ਕੁਝ ਨਾ ਕੁਝ ਤਾਂ ਭੱਜ ਟੁੱਟ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਖੁਰਾਡੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਵਿਕਾਸ ਦੇ ਆਧਾਰ ਦੇ ਉੱਤੇ ਚੋਣਾਂ ਲੜਨੀਆਂ ਨੇ ਭਾਜਪਾ ਨੂੰ ਪਿਛਲੇ ਸਾਲਾਂ ਦੇ ਮੁਕਾਬਲ ਤਨ ਹੀ ਟਿਕਟਾਂ ਮਿਲਣਗੀਆਂ ਉਹਨਾਂ ਦੀਆਂ ਟਿਕਟਾਂ ਦੀ ਗਿਣਤੀ ਨਹੀਂ ਵਧਾਈ ਜਾਏਗੀ ਪਰ ਲੋਕ ਇਸ ਵਾਰ ਬਹੁਤ ਵੱਡਾ ਫੈਸਲਾ ਕਰਨਗੇ ਵੈਸੇ ਅਕਾਲੀ ਦਲ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗ ਰਿਹਾ ਤੇ ਬਾਕੀ ਛੋਟੇ ਮੋਟੇ ਦਾਲਾ ਜਿਹੜੇ ਉਹ ਲਗਾਤਾਰ ਖੜੇ ਹੋ ਰਹੇ ਨੇ ਕਦੇ ਇੱਥੇ ਆਪਣਾ ਪੰਜਾਬ ਪਾਰਟੀ ਬਣਦੀ ਆ ਕਦੇ ਇੱਥੇ ਜੈ ਜਵਾਨ ਜੈਕਸਨ ਪਾਰਟੀ ਬਣਦੀ ਆ ਕਦੇ ਸਵਰਾਜ ਇੰਡੀਆ ਪਾਰਟੀ ਬਣਦੀ ਆ ਤੇ ਕਦੇ ਇੱਥੇ ਅਖੰਡ ਅਕਾਲੀ ਦਲ ਬਣਦਾ ਹੈ ਇਹਨਾਂ ਸਾਰੇ ਦਲਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੀ ਲਾਭ ਹੋਏਗਾ ਇਸ ਗੱਲ ਦਾ ਪੱਕਾ ਯਕੀਨ ਸੁਖਬੀਰ ਸਿੰਘ ਬਾਦਲ ਹੋਰੀਂ ਕਰੀ ਬੈਠੇ ਨੇ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਪਹਿਲਾਂ ਲਿਨ ਇੱਕ ਛੋਟੀ ਜਿਹੀ ਬ੍ਰੇਕ ਇੱਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ ਜਦੋਂ ਵੀ ਕਿਸਾਨਾਂ ਦੇ ਵੱਲੋਂ ਨਾੜ ਜਾਂ ਪ੍ਰਾਲੀ ਨੂੰ ਅੱਗ ਲਾਈ ਜਾਂਦੀ ਹੈ ਤਾਂ ਅਸਮਾਨ ਇੰਨਾ ਧੂਆਂ ਰੋਲ ਹੁੰਦਾ ਹੈ ਕਿ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਕਾਨੂੰਨ ਬਣਾਏ ਨੇ ਪੁਲਿਸ ਵਾਲੇ ਨੇ ਜਿਹੜੇ ਉਹ ਖੇਤਾਂ ਦੇ ਵਿੱਚ ਜਾਂਦੇ ਨੇ ਜਿਹੜੇ ਕਿਸਾਨਾਂ ਦੇ ਵੱਲੋਂ ਧਰਤੀ ਦੀ ਹਿੱਕ ਨੂੰ ਸਾੜਿਆ ਜਾ ਰਿਹਾ ਹੁੰਦਾ ਹੈ ਤੇ 2-4000 ਰੁਪਏ ਆਪਣੇ ਬੋਝੇ ਦੇ ਵਿੱਚ ਪਾ ਕੇ ਵਾਪਸ ਆ ਜਾਂਦੇ ਨੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਪਰ ਕਿਸਾਨਾਂ ਦੀ ਆਪਣੀ ਮਜਬੂਰੀ ਆ ਕਿਸਾਨ ਕਹਿੰਦੇ ਨੇ ਅਸੀਂ ਜਲਦੀ ਜਲਦੀ ਖੇਤਵੇਲਾ ਕਰਨਾ ਹੁੰਦਾ ਹੈ ਅਸੀਂ ਪ੍ਰਾਲੀ ਨੂੰ ਨਾ ਸਾੜੀਏ ਜੇਕਰ ਸਰਕਾਰ ਦੇ ਵੱਲੋਂ ਪ੍ਰਾਲੀ ਨੂੰ ਖਰੀਦਣ ਦੇ ਲਈ ਕੋਈ ਪ੍ਰਬੰਧ ਕੀਤੇ ਜਾਣ ਕਈ ਕਿਸਾਨ ਤਾਂ ਇਹ ਵੀ ਕਹਿੰਦੇ ਨੇ ਕਿ ਅਸੀਂ ਮੁਫਤ ਦੇ ਵਿੱਚ ਵੀ ਪ੍ਰਾਲੀ ਚੁਕਵਾਉਣ ਨੂੰ ਤਿਆਰ ਆ ਕੋਈ ਚੁੱਕਣ ਵਾਸਤੇ ਤਿਆਰ ਨਹੀਂ ਇਸ ਕਰਕੇ ਮਜਬੂਰੀ ਦੇ ਵਿੱਚ ਅਸੀਂ ਧਰਤੀ ਦੀ ਹੱਕ ਨੂੰ ਲੂ ਛੱਡਦੇ ਆ ਪਰ ਜਾਣਕਾਰੀ ਦੋਸਤੋ ਇਹ ਮਿਲੀ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦਾ ਜਗਦੀਪ ਸਿੰਘ ਨਾਂ ਦਾ ਇੱਕ ਇਹੋ ਜਿਹਾ ਕਿਸਾਨ ਹੈ ਜਿਨੇ ਹੈਪੀ ਸੀਡਰ ਨੂੰ ਅਪਣਾਇਆ ਤੇ ਛੋਟੀ ਜ਼ਮੀਨ ਦਾ ਮਾਲਕ ਹੋਣ ਦੇ ਬਾਵਜੂਦ ਉਹ ਅੱਜ ਚੰਗੀ ਰੋਟੀ ਖਾ ਰਿਹਾ ਉਹਦੇ ਵੱਲੋਂ ਕਦੇ ਵੀ ਖੇਤ ਵਿੱਚਲੇ ਖਰਚਿਆਂ ਨੂੰ ਅੱਗ ਨਹੀਂ ਲਾਈ ਜਾਂਦੀ ਉਹਨੇ ਗੁਰਦੁਆਰੇ ਦੇ ਵਿੱਚ ਜਾ ਕੇ 2006 ਦੇ ਵਿੱਚ ਸਹੁੰ ਖਾਧੀ ਸੀ ਕਿ ਮੈਂ ਕਦੇ ਵੀ ਧਰਤੀ ਮਾਂ ਦੀ ਹਿੱਕ ਨੂੰ ਨਹੀਂ ਸਾੜਾਂਗਾ ਤੇ ਉਹਦੇ ਵੱਲੋਂ ਬਿਜਾਈ ਆਪਣੀ ਤਣਕ ਦੀ ਇਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਉਹਦਾ ਕਹਿਣਾ ਹੈ ਕਿ ਮੇਰੀ ਫਸਲ ਦਾ ਝਾੜ ਘਟਿਆ ਨਹੀਂ ਸਗੋਂ ਵਧਿਆ ਤੇ ਖਰਚਾ ਵਧਿਆ ਨਹੀਂ ਸਗੋਂ ਪਹਿਲਾਂ ਦੇ ਮੁਕਾਬਲਤਨ ਘਟਿਆ ਕੋਨੋਈ ਪਿੰਡ ਦੇ ਇਸ ਕਿਸਾਨ ਵਰਗੇ ਕਿਸਾਨਾਂ ਦੀ ਸਮੁੱਚੇ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਇਸ ਕਿਸਾਨ ਦੇ ਮੁਤਲਕ ਖਬਰ ਦਾ ਵਿਰਵਾ ਇਸ ਤਰੀਕੇ ਨਾਲ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ ਅਗਾਹ ਵਦੂ ਕਿਸਾਨ ਜਗਦੀਪ ਸਿੰਘ ਹੁਣ ਹੈਪੀ ਸੀਡਰ ਵਾਲਾ ਕਿਸਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ 2006 ਵਿੱਚ ਜਗਦੀਪ ਨੇ ਪਿੰਡ ਦੇ ਗੁਰਦੁਆਰੇ ਜਾ ਕੇ ਸੌਂ ਖਾਦੀ ਸੀ ਕਿ ਉਹ ਕਦੇ ਵੀ ਅਨਾਜ ਪੈਦਾ ਕਰਨ ਵਾਲੀ ਆਪਣੀ ਮਾਤ ਭੂਮੀ ਨੂੰ ਅੱਗ ਨਹੀਂ ਲਗਾਵੇਗਾ ਤਕਰੀਬਨ 10 ਸਾਲ ਬੀਤ ਚੁੱਕੇ ਨੇ ਪਰ ਜਗਦੀਪ ਨੇ ਕਦੇ ਵੀ ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਵਾਲੇ ਖੇਤ ਨੂੰ ਅੱਗ ਨਹੀਂ ਲਾਈ ਪਰਾਲੀ ਸਾੜੇ ਬਗੈਰ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ਦਾ ਉਸ ਦਾ ਤਜਰਬਾ ਬਿਹਤ ਸਫਲ ਹੋ ਰਿਹਾ ਹੈ ਤੇ ਉਸ ਦਾ ਦਾਵਾ ਹੈ ਕਿ ਸਿੱਧੀ ਬਿਜਾਈ ਨਾ ਘੱਟ ਖਰਚ ਹੁੰਦਾ ਏ ਤੇ ਝਾੜ ਘਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ 500 ਦੇ ਕਰੀਬ ਕਿਸਾਨਾਂ ਦੇ ਉੱਤੇ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਮਾਮਲੇ ਦਰਜ ਹੋਏ ਨੇ ਇਸ ਮਾਮਲੇ ਦੇ ਉੱਤੇ ਰਾਜਨੀਤੀ ਸ਼ੁਰੂ ਹੋਈ ਹੈ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਸਰਕਾਰ ਤੰਗ ਪਰੇਸ਼ਾਨ ਕਰਨਾ ਬੰਦ ਕਰੇ ਪਰ ਦੋਸਤੋ ਇਹ ਗੱਲ ਸੱਚੀ ਹੈ ਕਿ ਕਿਸਾਨੀ ਕਾਲ ਦੇ ਚੱਕਰ ਦੇ ਵਿੱਚ ਆਪਣੇ ਪੈਰ ਦੇ ਉੱਤੇ ਆਪ ਹੀ ਕੁਹਾੜਾ ਮਾਰ ਰਹੀ ਐ ਅਸੀਂ ਕਹਿੰਦੇ ਆ ਕਿ ਅਸੀਂ ਅਗਲੀ ਫਸਲ ਬੀਜਣੀ ਐ ਅਸੀਂ ਜਲਦੀ ਜਲਦੀ ਖੇਤ ਵਿਹਲਾ ਕਰਨਾ ਸਰਕਾਰ ਸਾਡੀ ਕੋਈ ਮੰਗ ਨਹੀਂ ਮੰਨਦੀ ਸਰਕਾਰ ਕੋਈ ਸਹਿਯੋਗ ਨਹੀਂ ਦਿੰਦੀ ਪਰ ਜਰਾ ਇਹ ਸੋਚ ਕੇ ਦੇਖੋ ਕਿ ਜੇਕਰ ਸਾਡੀ ਜ਼ਮੀਨ ਹੀ ਬੰਜਰ ਹੁੰਦੀ ਰਹੀ ਇਸ ਤਰੀਕੇ ਨਾਲ ਅੱਗ ਦੀ ਪੇਟ ਚੜ ਕੇ ਤੇ ਆਉਂਦੀ ਪੀੜੀ ਨੂੰ ਕੁਝ ਖਾਣ ਲਈ ਹੀ ਨਾ ਮਿਲਿਆ ਤਾਂ ਫਿਰ ਅਸੀਂ ਅੱਜ ਖੇਤ ਵਿਹਲੇ ਕਿਦੇ ਲਈ ਕਰ ਰਹੇ ਆਂ ਸਰਕਾਰਾਂ ਨੂੰ ਚਾਹੀਦਾ ਕਿ ਉਹ ਹੈਪੀ ਸੀਡਰ ਮਸ਼ੀਨਾਂ ਨੇ ਜਿਹੜੀਆਂ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਪਿੰਡ ਪੱਦਰ ਦੇ ਉੱਤੇ ਇਹ ਮਸ਼ੀਨਾਂ ਜ਼ਰੂਰ ਪੈਦਾ ਹੋਣੀਆਂ ਚਾਹੀਦੀਆਂ ਨੇ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਨੇ ਹੈਪੀ ਸੀਡਰ ਮਸ਼ੀਨ ਦੀ ਵਰਤੋਂ ਕਰਨ ਵਾਲੇ ਜਗਦੀਪ ਸਿੰਘ ਵਰਗੇ ਕਿਸਾਨਾਂ ਨੂੰ ਅਸੀਂ ਸਲਾਮ ਆਖਦੇ ਹਾਂ ਤੇ ਪੰਜਾਬ ਦੀ ਬਾਕੀ ਕਿਸਾਨੀ ਨੂੰ ਵੀ ਇਸ ਕਿਸਾਨ ਦੀ ਰੀਸ ਕਰਨ ਦੇ ਲਈ ਅਪੀਲ ਜ਼ਰੂਰ ਕਰਦੇ ਹਾਂ ਪੰਜਾਬ ਦੇ ਕਲਾਕਾਰਾਂ ਨੂੰ ਜਦੋਂ ਅਸੀਂ ਗਾਣਿਆਂ ਦੇ ਰੂਪ ਦੇ ਵਿੱਚ ਜਾਣਦੇ ਹਾਂ ਤਾਂ ਸਾਨੂੰ ਉਹ ਚੰਗੇ ਲੱਗਦੇ ਨੇ ਗਾयक ਕਨਵਰ ਗਰੇਵਾਲ ਦਾ ਪੰਜਾਬ ਦੇ ਸਰੋਤਿਆਂ ਦੇ ਵਿੱਚ ਬੜਾ ਸਤਿਕਾਰ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਦੇਸ਼ ਦੁਨੀਆ ਦੇ ਵਿੱਚ ਵਸਦੇ ਹੋਰ ਪੰਜਾਬੀਆਂ ਦੇ ਮਨਾਂ ਦੇ ਵਿੱਚ ਵੀ ਚੰਗੀ ਗਾਇਕੀ ਦੇ ਪ੍ਰਤੀ ਅਥਾ ਸਰਦਾ ਸਤਿਕਾਰ ਹੋਣ ਦੇ ਕਰਕੇ ਕਨਵਰ ਗਰੇਵਾਲ ਤੇ ਇਨਾਂ ਵਰਗੇ ਕੁਝ ਕੋ ਹੋਰ ਕਲਾਕਾਰਾਂ ਦੇ ਪ੍ਰਤੀ ਖਿੱਚ ਜ਼ਰੂਰ ਪਾਈ ਜਾਂਦੀ ਹੈ ਪਰ ਕਨਵਰ ਗਰੇਵਾਲ ਦੇ ਖਿਲਾਫ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਹੋਈਆਂ ਨੇ ਕਹਿੰਦੇ ਨੇ ਕਿ ਫਾਇਨਟੋਨ ਕੰਪਨੀ ਦੇ ਮਾਲਕ ਰਜਿੰਦਰ ਸਿੰਘ ਨੂੰ ਇੱਕ ਧਮਕੀ ਆਈ ਹੈ ਤੇ ਉਸ ਧਮਕੀ ਦੇ ਸਦਕਾ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਤਿੰਨ ਜਣਿਆਂ ਦੇ ਖਿਲਾਫ ਜਿਨ੍ਹਾਂ ਦੇ ਵਿੱਚ ਗਾਇਕ ਕਨਵਰ ਗਰੇਵਾਲ ਵੀ ਸ਼ਾਮਲ ਹੈ ਪਰ ਪੁਲਿਸ ਦੇ ਵੱਲੋਂ ਜਿਹੜੀ ਅਗਲੀ ਰਿਪੋਰਟ ਜਾਰੀ ਕੀਤੀ ਗਈ ਉਹਦੇ ਵਿੱਚ ਸਿਰਫ ਇੱਕ ਜਣੇ ਦਾ ਨਾਂ ਰਹਿ ਗਿਆ ਯਾਨੀ ਕਿ ਪ੍ਰਮੋਟਰ ਦਾ ਨਾਂ ਰਹਿ ਗਿਆ ਤੇ ਬਾਕੀ ਦੋ ਜਣਿਆਂ ਦੇ ਨਾਂ ਵਿੱਚੋਂ ਕੱਢ ਦਿੱਤੇ ਗਏ ਜੋ ਪਹਿਲੀ ਰਿਪੋਰਟ ਸੀ ਉਹ ਮੀਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੈ ਉਹਦੇ ਵਿੱਚ ਕਨਵਰ ਦਾ ਨਾਮ ਵੀ ਹੈ ਪਰ ਅਗਲੀ ਰਿਪੋਰਟ ਦੇ ਵਿੱਚ ਉਹਦਾ ਨਾਮ ਨਹੀਂ ਜਿਸ ਕਰਕੇ ਪੁਲਿਸੀਆ ਕਾਰਗੁਜ਼ਾਰੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਇਸ ਖਬਰ ਦਾ ਸੰਖੇਪ ਦੇ ਵਿੱਚ ਵੇਰਵਾ ਇਸ ਤਰੀਕੇ ਨਾਲ ਹੈ ਕਿ ਪੰਜਾਬ ਦੀ ਮਸ਼ਹੂਰ ਕੈਸਟ ਕੰਪਨੀ ਦੇ ਮਾਲਕ ਨੂੰ ਭਾੜੇ ਦੇ ਕਾਤਲਾਂ ਪਾਸੋਂ ਜਾਨੋਂ ਮਾਰਨ ਦੀ ਧਮਕੀ ਦਿਵਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਮਸ਼ਹੂਰ ਸੂਫੀ ਗਾਇਕ ਕਨਵਰ ਗਰੇਵਾਲ ਤੇ ਉਸ ਦੇ ਸਾਥੀ ਰਾਜਾ ਵਿਰਕ ਨੂੰ ਨਾਮਜ਼ਦ ਕਰਨ ਤੋਂ ਕੁਝ ਹੀ ਮਿੰਟ ਬਾਅਦ ਬੇਕਸੂਰ ਐਲਾਨਣ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ। ਜਦਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਹੁਣ ਸਿਰਫ ਪ੍ਰਵਾਸੀ ਭਾਰਤੀ ਪ੍ਰਮੋਟਰ ਰਾਕੇਸ਼ ਕੌਸ਼ਲ ਉਰਫ ਰਿੱਕੀ ਨਾਮਜ਼ਦ ਕਰਕੇ ਉਸ ਖਿਲਾਫ ਕਾਰਵਾਈ ਲਈ ਕੀਤਾ ਜਾ ਰਿਹਾ ਹੈ। ਬੀਤੀ ਰਾਤ ਪੁਲਿਸ ਵੱਲੋਂ ਫਾਇਨਟੋਨ ਦੇ ਮਾਲਕ ਰਜਿੰਦਰ ਸਿੰਘ ਦੀ ਸ਼ਿਕਾਇਤ ਉੱਤੇ ਰਾਜਾ ਵਿਰਕ ਕਨਵਰ ਗਰੇਵਾਲ ਤੇ ਰਕੇਸ਼ ਕੌਸ਼ਲ ਖਿਲਾਫ ਧਾਰਾ 384 511 ਤੇ 120 ਬੀ ਅਧੀਨ ਦਰਜ ਕੀਤੇ ਗਏ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ ਪੁਲਿਸ ਵੱਲੋਂ ਲੁਧਿਆਣੇ ਦੇ ਮੋਤੀ ਨਗਰ ਥਾਣੇ ਦੇ ਵਿੱਚ ਦਰਜ ਕੀਤੀ ਗਈ ਮੁੱਢਲੀ ਰਿਪੋਰਟ ਮੁਤਾਬਕ ਨੰਬਰ 97 ਜਿਸ ਦੀ ਕਾਪੀ ਮੀਡੀਏ ਦੇ ਕੋਲ ਹੈ ਵਿੱਚ ਇਹਨਾਂ ਤਿੰਨਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਤੇ ਬਾਅਦ ਦੇ ਵਿੱਚ ਇਹਨਾਂ ਕੱਢ ਦਿੱਤੇ ਗਏ ਸਿਰਫ ਇੱਕ ਨਾਂ ਬਾਕੀ ਬਚਿਆ ਇਸ ਰਿਪੋਰਟ ਦੇ ਵਿੱਚ ਤੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਕਿ ਰਜਿੰਦਰ ਸਿੰਘ ਦਾ ਤੇ ਕਨਵਰ ਗਰੇਵਾਲ ਦਾ ਕਈ ਆਰਥਿਕ ਮਾਮਲਿਆਂ ਨੂੰ ਲੈ ਕੇ ਵਿਦੇਸ਼ਾਂ ਵਿੱਚਲੇ ਸ਼ੋਅ ਬਿਜ਼ਨਸ ਨੂੰ ਲੈ ਕੇ ਕਾਫੀ ਵਾਰ ਗੁਪਤ ਤੌਰ ਦੇ ਉੱਤੇ ਰੇਡਾਂ ਦਾ ਪੈਣ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ ਨੇ ਇਹ ਖਬਰਾਂ ਮੀਡੀਏ ਦੇ ਵਿੱਚ ਨਹੀਂ ਆਈਆਂ ਇਹ ਗੱਲ ਵੱਖਰੀ ਹੈ ਪਰ ਅੰਦਰੋਂ ਅੰਦਰ ਅੱਗ ਹੈ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੁਲਗਦੀ ਜ਼ਰੂਰ ਰਹੀ ਹੈ ਤੇ ਹੁਣ ਇਹ ਅੱਗ ਐਸਾ ਪੰਬੜ ਬਣੀ ਆ ਕਿ ਮੀਡੀਏ ਦੇ ਵਿੱਚ ਅਖਬਾਰਾਂ ਦੇ ਵਿੱਚ ਇਹ ਖਬਰਾਂ ਪ੍ਰਕਾਸ਼ਿਤ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹਾ ਰੇੜਕੇ ਮੀਡੀਏ ਦੇ ਸਾਹਮਣੇ ਨਾ ਆਉਣ ਕਿਉਂਕਿ ਕਲਾਕਾਰ ਦੇ ਪ੍ਰਤੀ ਲੋਕਾਂ ਦੇ ਮਨ ਵਿੱਚ ਸਤਿਕਾਰ ਓਨਾ ਚਿਰ ਹੀ ਬਰਕਰਾਰ ਰਹਿੰਦਾ ਹੈ ਜਿੰਨਾ ਚਿਰ ਉਹਦੀ ਸ਼ਖਸੀਅਤ ਦੇ ਖਿਲਾਫ ਖਬਰਾਂ ਨਾ ਆਉਣ ਤੇ ਜਦੋਂ ਲੋਕਾਂ ਦੀ ਧਾਰਨਾ ਚੰਗੇ ਤੋਂ ਉਲਟ ਬਣ ਜਾਂਦੀ ਹੈ ਫਿਰ ਕਲਾਕਾਰ ਜਿੰਨਾ ਮਰਜ਼ੀ ਚੰਗਾ ਕੰਮ ਕਰੀ ਜਾਵੇ ਲੋਕ ਪਹਿਲਾਂ ਵਾਲੀ رائے ਉਸ ਦੇ ਮੁਤਲਕ ਨਹੀਂ ਬਣਾਉਂਦੇ ਅਸੀਂ ਆਸ ਕਰਦੇ ਹਾਂ ਇਸ ਗੱਲ ਦੀ ਕਿ ਰਜਿੰਦਰ ਸਿੰਘ ਤੇ ਕਨਵਰ ਗਰੇਵਾਲ ਦਾ ਚੇੜਾ ਜਲਦੀ ਮੁੱਕੇਗਾ ਬੇਸ਼ੱਕ ਰਿਪੋਰਟ ਦੇ ਵਿੱਚੋਂ ਤਾਂ ਨਾਂ ਕਢਾ ਕੇ ਝੇੜਾ ਮੁਕਾ ਦਿੱਤਾ ਗਿਆ ਪਰ ਦਿਲ ਦਾ ਝੇੜਾ ਹਾਲੇ ਵੀ ਬਰਕਰਾਰ ਹੋਏਗਾ ਅਸਕਰਦੇਆ ਕਨਵਰ ਗਰੇਵਾਲ ਇਨ੍ਹਾਂ ਵਿਵਾਦਾਂ ਤੋਂ ਦੂਰ ਰਹਿ ਕੇ ਚੰਗੀ ਗਾਇਕੀ ਨੂੰ ਪਵਿੱਖ ਦੇ ਵਿੱਚ ਵੀ ਸਮਰਪਤ ਰਹੇਗਾ ਖਬਰਾਂ ਕੁਝ ਹੋਰ ਵੀ ਸੰ ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਪ੍ਰੋਗਰਾਮ ਖਬਰਸਾਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ